ਸਤਿ ਸ਼੍ਰੀ ਅਕਾਲ ਵਿਦਿਆਰਥੀ ਦੋਸਤੋ, ਕਿਵੇਂ ਹੋ ਸਾਰੇ? ਫਿਰ ਸੋ ਮੇਰੇ ਕੋਲ ਇੱਕ ਨੋਟਿਸ ਹੱਥ ਲੱਗਿਆ ਜੋ ਕਿ ਪੰਜਾਬੀ ਯੂਨੀਵਰਸਿਟੀ ਦਾ ਲੱਗ ਰਿਹਾ ਹੈਗਾ। ਸੋ ਆਪਾਂ ਨੋਟਿਸ ਦੇ ਵਿੱਚ ਦੇਖਦੇ ਹਾਂ ਕਿ ਕੀ ਲਿਖਿਆ ਹੋਇਆ ਹੈਗਾ। ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਉਸਦੇ ਵਿੱਚ ਲਿਖਿਆ ਹੋਇਆ ਤਰੀਕ ਦੇਖ ਸਕਦੇ ਹੋ, 10 ਤਰੀਕ ਹੈ ਪਹਿਲਾ ਮਹੀਨਾ। ਅਤੇ ਯੂਨੀਵਰਸਿਟੀ ਨਾਲ ਸੰਬੰਧਿਤ ਸਮੂਹ ਕਾਲਜਾਂ ਕੋਂਸਟੀਟਿਊਟ ਕਾਲਜਾਂ ਦੇ ਪ੍ਰਿੰਸੀਪਲ ਡਾਕਟਰ ਸਵਾਨਾ ਨੂੰ ਬੇਨਤੀ ਕੀਤੀ ਜਾਂਦੀ ਹੈਗੀ। ਵਿਸ਼ਾ ਹੈਗਾ ਕਾਲਜ ਦੇ ਵਿੱਚ ਜੋ ਸਰਦੀਆਂ ਛੁੱਟੀਆਂ ਨੇ ਉਸ ਤੋਂ ਉਪਰੰਤ ਜਿਹੜੀਆਂ ਕਲਾਸਾਂ ਸ਼ੁਰੂ ਹੋਣੀਆਂ ਨੇ ਔਨਲਾਈਨ ਉਹਦੇ ਬਾਰੇ। ਸੋ ਜਿਸ ਤਰ੍ਹਾਂ ਕਿ ਇਹਦੇ ਵਿੱਚ ਲਿਖਿਆ ਹੋਇਆ, ਸ਼੍ਰੀਮਾਨ ਜੀ, ਉਪਰੋਕਤ ਵਿਸ਼ੇ 'ਤੇ ਡੀਨ ਕਾਲਜ ਵਿਕਾਸ ਕੌਂਸਲ ਵੱਲੋਂ ਹੋਏ ਆਦੇਸ਼ਾਂ ਅਨੁਸਾਰ ਸੂਚਿਤ ਕੀਤਾ ਜਾਂਦਾ ਹੈ ਕਿ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜਾਂ ਵਿਖੇ ਸਰਦੀ ਦੀਆਂ ਛੁੱਟੀਆਂ ਦੀ ਸਮਾਪਤੀ ਉਪਰੰਤ ਪੜ੍ਹਾਈ ਦਾ ਜਿਹੜਾ ਕਾਰਜ ਹੈ ਉਹ ਔਨਲਾਈਨ ਵਿਧੀ ਰਾਹੀਂ ਹੀ ਹੋਊਗਾ, ਹੈ ਨਾ। ਜਿਸ ਹਿਸਾਬ ਨਾਲ ਕਿ ਆਪਾਂ ਅੰਦਾਜ਼ਾ ਲਗਾਇਆ ਸੀ ਪਹਿਲਾਂ ਕਿ ਜਿਹੜੀ ਅਗਲਾ ਸਮੈਸਟਰ ਜਾਂ ਫਿਰ ਅਗਲੀਆਂ ਕਲਾਸਾਂ ਜੋ ਸਿਲੇਬਸ ਰਹਿੰਦਾ ਉਹਨਾਂ ਦਾ, ਵੈਸੇ ਤਾਂ ਸਿਲੇਬਸ ਪੂਰਾ, ਜਿਨ੍ਹਾਂ ਦਾ ਵੀ ਕਲਾਸਾਂ ਅਗਰ ਲਾਉਣੀਆਂ ਸੀ ਉਹਨਾਂ ਦਾ ਔਨਲਾਈਨ ਸ਼ੁਰੂ ਹੋ ਸਕਦਾ, ਜਿਸ ਤਰ੍ਹਾਂ ਕਿ ਆਪਾਂ ਅਨੁਮਾਨ ਲਗਾਇਆ ਸੀ। ਅਤੇ ਅੱਜ ਯੂਨੀਵਰਸਿਟੀ ਵੱਲੋਂ ਨੋਟਿਸ ਵੀ ਪਾ ਦਿੱਤਾ ਗਿਆ ਕਿ ਜਿਹੜਾ ਕਲਾਸਾਂ ਨੇ ਉਹ ਔਨਲਾਈਨ ਹੀ ਹੋਣੀਆਂ ਨੇ, ਜਿਸ ਕਾਰਨ ਕਿ ਵਿਦਿਆਰਥੀ ਹੁਣ ਆਪਣੀ ਤਿਆਰੀ ਉਸ ਹਿਸਾਬ ਨਾਲ ਕਰ ਸਕਦੇ ਨੇਗੇ। ਤਾਂ ਅਗਲੀ ਅਪਡੇਟ ਦੀ ਜਾਣਕਾਰੀ ਲੈਣ ਲਈ ਕਿ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ।